ਦੋਸਤੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਹਰਿਦੁਆਰ ਹਰ ਕੀ ਪੌੜੀ ਬਾਰੇ ਬਹੁਤ ਵੱਡਾ ਅੰਦੋਲਨ ਚਲਾਇਆ ਸੀ, ਜਿਹੜਾ ਤੁਸੀਂ ਗੂਗਲ 'ਤੇ ਦੇਖ ਸਕਦੇ ਹੋ, ਤੁਸੀਂ ਯੂਟਿਊਬ 'ਤੇ ਦੇਖ ਸਕਦੇ ਹੋ। ਇਸ ਅੰਦੋਲਨ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਦੇ ਵਿੱਚ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਜੀ ਦੀ ਆਜ਼ਾਦੀ ਵਾਸਤੇ ਬੜੇ ਵੱਡੇ ਹੋਰਡਿੰਗ ਲਗਾਏ ਸੀ। ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ 'ਤੇ ਬਹੁਤ ਵੱਡਾ ਹੋਰਡਿੰਗ ਇਹਨਾਂ ਨੇ ਲਗਾਇਆ ਸੀ ਕਿ ਅਸੀਂ ਬਾਬਾ ਜੀ ਦੇ ਪਵਿੱਤਰ ਸਥਾਨ ਆਜ਼ਾਦ ਕਰਵਾਉਣਾ। ਦੋਸਤੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਗੋਲਕਾਂ ਰੱਖੀਆਂ ਸੀ, ਬੜਾ ਪੈਸਾ ਇਕੱਠਾ ਕੀਤਾ ਸੀ ਕਿ ਅਸੀਂ ਗੁਰਦੁਆਰਾ ਸ਼੍ਰੀ ਗਿਆਨ ਗੋਦੀ ਸਾਹਿਬ ਨੂੰ ਆਜ਼ਾਦ ਕਰਵਾਉਣਾ। ਇਹ ਸਾਰੀਆਂ ਵੀਡੀਓ ਫੋਟੇਜ ਫੋਟੋਗ੍ਰਾਫ ਤੁਸੀਂ ਯੂਟਿਊਬ 'ਤੇ ਵੇਖ ਸਕਦੇ ਹੋ, ਗੂਗਲ 'ਤੇ ਵੇਖ ਸਕਦੇ ਹੋ। ਗੱਲ ਇੱਥੇ ਵੀ ਨਹੀਂ ਖੜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਸੰਸਾਰ ਭਰ ਦੇ ਸਿੱਖਾਂ ਨੂੰ ਹਰਿਮੰਦਰ ਸਾਹਿਬ ਬੁਲਾਇਆ ਸੀ। ਸਿੱਖਾਂ ਨੂੰ ਮਤਲਬ ਮੇਰਾ ਹੈ ਵੱਡੀ ਲੀਡਰਸ਼ਿਪ ਨੂੰ, ਜਿਤਨੇ ਸੰਤ ਮਹਾਂਪੁਰਸ਼ ਜਿਤਨੇ ਲੀਡਰ ਸਾਰਿਆਂ ਨੂੰ ਹਰਿਮੰਦਰ ਸਾਹਿਬ ਬੁਲਾਇਆ ਸੀ, ਉੱਥੇ ਬਹੁਤ ਵੱਡਾ ਇਕੱਠ ਕੀਤਾ ਸੀ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਜੀ ਦੀ ਆਜ਼ਾਦੀ ਵਾਸਤੇ। ਅਤੇ ਗਿਆਨੀ ਗੁਰਬਚਨ ਸਿੰਘ ਜੀ ਨੇ ਸੰਸਾਰ ਭਰ ਦੇ ਸਿੱਖਾਂ ਨੂੰ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਵਾਇਆ ਸੀ ਗੁਰਦੁਆਰਾ ਸ਼੍ਰੀ ਗਿਆਨ ਗੋਦੀ ਸਾਹਿਬ ਜੀ ਦੀ ਆਜ਼ਾਦੀ ਵਾਸਤੇ। ਹੁਣ ਤੁਸੀਂ ਦੇਖੋ, ਦਿੱਲੀ ਗੁਰਦੁਆਰਾ ਕਮੇਟੀ ਨੇ ਸਾਰੇ ਬੋਰਡ ਹੋਰਡਿੰਗ ਹਟਾ ਦਿੱਤੇ ਨੇ ਅਤੇ ਚੁੱਪ ਚਾਪ ਡਰ ਕੇ ਬੈਠ ਗਏ ਨੇ, ਡਰ ਕੇ। ਅਕਾਲ ਤਖ਼ਤ ਦਾ ਜਥੇਦਾਰ ਬੜਾ ਰੌਲਾ ਪਾਇਆ ਇਹਨਾਂ ਨੇ, ਬੜਾ ਸ਼ੋਰ ਮਚਾਇਆ ਇਹਨਾਂ ਨੇ, ਬੜੀਆਂ ਮੀਟਿੰਗਾਂ ਕੀਤੀਆਂ ਇਹਨਾਂ ਨੇ, ਬੜੀਆਂ ਪ੍ਰੈਸ ਕਾਨਫਰੰਸ ਕੀਤੀਆਂ ਇਹਨਾਂ ਨੇ, ਔਰ ਰਿਕਾਰਡ ਨੇ ਯੂਟਿਊਬ 'ਤੇ ਵੇਖ ਸਕਦੇ ਹੋ। ਮੈਂ ਝੂਠ ਨਹੀਂ ਬੋਲ ਸਕਦਾ, ਯੂਟਿਊਬ ਤੁਹਾਡੇ ਕੋਲ ਹੈ, ਗੂਗਲ ਤੁਹਾਡੇ ਕੋਲ ਹੈ। ਇਹ ਸਾਰੇ ਬੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਅਕਾਲੀ ਦਲ ਦੇ ਲੀਡਰ, ਇਹ ਗੁਰਦੁਆਰਾ ਕਮੇਟੀਆਂ ਦੇ ਮੈਂਬਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਦਾ ਜਥੇਦਾਰ, ਇਹਨਾਂ ਸਾਰਿਆਂ ਨੇ ਬਾਬਾ ਜੀ ਦਾ ਉਹ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਜੀ ਦਾ ਨਾਂ ਲੈਣਾ ਬੰਦ ਕਰ ਦਿੱਤਾ। ਇਹ ਇਤਨੇ ਡਰ ਗਏ ਨੇ, ਇਤਨੇ ਘਬਰਾ ਗਏ ਨੇ, ਇਹ ਨਾ ਹੀ ਨਹੀਂ ਲੈ ਰਹੇ। ਹੁਣ ਤੁਸੀਂ ਦੱਸੋ, ਤੁਸੀਂ ਅੰਦੋਲਨ ਕਿਉਂ ਇਤਨਾ ਵੱਡਾ ਚਲਾਇਆ ਸੀ? ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੇ ਸੰਸਾਰ ਭਰ ਦੇ ਸਿੱਖਾਂ ਨੂੰ ਕਿਉਂ ਅਪੀਲਾਂ ਕੀਤੀਆਂ ਸੀਗੀਆਂ? ਸੋਚੋ, ਤੁਸੀਂ ਸਮਝਦਾਰ ਹੋ, ਸੂਝਵਾਨ ਹੋ। ਅੱਜ ਸੰਸਾਰ ਦੇ ਲੋਕ ਕਹਿ ਰਹੇ ਨੇ, ਸਰਦਾਰ ਦੌੜ ਗਏ ਨੇ, ਭੱਜ ਗਏ ਨੇ, ਬਾਬਾ ਜੀ ਦਾ ਸਥਾਨ ਛੱਡ ਕੇ ਦੌੜ ਗਏ ਨੇ। ਹਰ ਕੀ ਪੌੜੀ ਦੇ ਉੱਤੇ
ਸਰਕਾਰੀ ਦਫਤਰ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਜੀ ਦੀ ਜਗ੍ਹਾ ਤੇ ਬਣ ਗਿਆ, ਦੁਕਾਨਾਂ ਬਣ ਗਈਆਂ ਨੇ, ਸਾਰੀ ਜਗ੍ਹਾ ਮਲੀਆ ਮੇਟ ਕਰ ਦਿੱਤੀ ਗਈ ਹੈ, ਉੱਥੇ ਹਨੇਰਾ ਗੁੱਪ ਕਰ ਦਿੱਤਾ ਹੈ, ਕੋਈ ਦੀਵਾ ਬਾਲਣ ਵਾਲਾ ਨਹੀਂ, ਕੋਈ ਦੀਵਾ ਬਾਲਣ ਵਾਲਾ ਨਹੀਂ। ਇਹ ਪ੍ਰਕਾਸ਼ ਦਿਵਸ ਮਨਾ ਰਹੇ ਨੇ, ਨਗਰ ਕੀਰਤਨਾਂ ਤੇ ਛਾਤੀ ਤਾਨ ਕੇ ਚੱਲ ਰਹੇ ਨੇ, ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ, ਇਹਨਾਂ ਨੂੰ ਇਤਨੀ ਵੀ ਸ਼ਰਮ ਨਹੀਂ ਆਉਂਦੀ। ਬਾਬਾ ਜੀ ਦੀ ਪਹਿਲੀ ਉਦਾਸੀ ਦਾ ਸਭ ਤੋਂ ਵੱਡਾ, ਸਭ ਤੋਂ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਸਰਕਾਰ ਨੇ ਖੋਲਿਆ, ਲੋਕਾਂ ਨੇ ਖੋਲਿਆ, ਤੇ ਨਾਂ ਵੀ ਨਹੀਂ ਲੈਂਦੇ ਜਵਾਨ ਤੇ, ਬੋਲਦੇ ਹੀ ਨਹੀਂ, ਇਹ ਕਹਿੰਦੇ ਹੀ ਨਹੀਂ ਕਿ ਸਾਡੇ ਬਾਬਾ ਜੀ ਦਾ ਗੁਰਦੁਆਰਾ ਵਾਪਿਸ ਕਰ ਦਿਓ। ਲੜਨਾ ਮਰਨਾ ਤੇ ਦੂਰ ਦੀ ਗੱਲ ਹੈ, ਸੰਘਰਸ਼ ਕਰਨਾ ਤੇ ਦੂਰ ਦੀ ਗੱਲ ਹੈ। ਇਹ ਜਿਤਨੇ ਡੇਰਿਆਂ ਵਾਲੇ ਬਾਬੇ, ਜਿਤਨੇ ਨਿਹੰਗ ਸਿੰਘ ਜਥੇਬੰਦੀਆਂ, ਜਿਤਨੇ ਜੁਝਾਰੂ ਜਥੇਬੰਦੀਆਂ, ਜਿਤਨੇ ਸਿੱਖ ਲੀਡਰ ਨੇ, ਸਾਰੇ ਦੇ ਸਾਰੇ ਚੁੱਪ ਨੇ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਇਹਨਾਂ ਨੂੰ ਇਤਿਹਾਸ ਕਦੇ ਮਾਫ ਨਹੀਂ ਕਰੇਗਾ। ਦੋਸਤੋ, ਅਸੀਂ 15 ਨਵੰਬਰ ਨੂੰ ਦਿੱਲੀ ਤੋਂ ਹਰਿਦੁਆਰ ਹਰ ਦੀ ਪੌੜੀ ਜਾ ਰਹੇ ਹਾਂ ਬਾਬਾ ਜੀ ਦਾ ਪ੍ਰਕਾਸ਼ ਦਿਵਸ ਮਨਾਉਣ, ਤੇ ਜਬਰਨ ਉੱਥੇ ਗੁਰਦੁਆਰਾ ਦਾ ਕਬਜ਼ਾ ਕਰਾਂਗੇ, ਜਬਰਨ ਅਸੀਂ ਕਬਜ਼ਾ ਕਰਾਂਗੇ। ਅਸੀਂ ਖੁੱਲ੍ਹੀ ਚੁਣੌਤੀ ਦੇ ਰਹੇ ਹਾਂ ਸਰਕਾਰ ਨੂੰ, ਅਸੀਂ ਆਪਣੇ ਬਾਬਾ ਜੀ ਦੇ ਪਵਿੱਤਰ ਸਥਾਨ ਤੇ ਜਬਰਨ ਕਬਜ਼ਾ ਕਰਕੇ ਗੁਰਦੁਆਰਾ ਆਪਣੇ ਕਬਜ਼ੇ ਵਿੱਚ ਲਾਂਗੇ। 15 ਨਵੰਬਰ 2024 ਨੂੰ ਅਸੀਂ ਉੱਥੇ ਪ੍ਰਕਾਸ਼ ਦਿਵਸ ਮਨਾਵਾਂਗੇ। ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਗੁਰਸਿੱਖੋ, ਗੁਰੂ ਦੇ ਪਿਆਰਿਓ, ਗੁਰੂ ਨਾਨਕ ਸਾਹਿਬ ਨਾਲ ਪਿਆਰ ਕਰਨ ਵਾਲੇ ਸਿੱਖ ਵੀਰਾਂ ਤੇ ਭੈਣਾਂ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰ ਰਿਹਾ, ਤੁਹਾਡਾ ਸਫਲ ਤਾਂ ਹੀ ਇਹ ਪ੍ਰਕਾਸ਼ ਦਿਵਸ। ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਤਾਂ ਹੀ ਸਫਲ ਹੈ ਕਿ ਤੁਸੀਂ ਹਰ ਕੀ ਪੌੜੀ ਪਹੁੰਚੋ, ਗੁਰਦੁਆਰਾ ਗਿਆਨ ਗੋਦਰੀ ਸਾਹਿਬ ਪਹੁੰਚੋ। ਮੈਂ ਹਰਿਦੁਆਰ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਅਪੀਲ ਕਰਾਂਗਾ, ਮੈਂ ਪੱਛਮੀ ਉੱਤਰ ਪ੍ਰਦੇਸ਼ ਤਰਾਈ ਦੇ ਇਲਾਕੇ ਦੇ ਸਿੱਖਾਂ ਨੂੰ ਅਪੀਲ ਕਰਾਂਗਾ, ਮੈਂ ਉੱਤਰਾਖੰਡ ਦੇ ਲੱਖਾਂ ਸਿੱਖਾਂ ਨੂੰ ਅਪੀਲ ਕਰਾਂਗਾ, ਮੈਂ ਦੇਹਰਾਦੂਨ ਦੇ ਸਿੱਖਾਂ ਨੂੰ ਅਪੀਲ ਕਰਾਂਗਾ, ਮੈਂ ਪੰਜਾਬ ਭਰ ਦੇ ਸਿੱਖਾਂ ਨੂੰ ਅਪੀਲ ਕਰਾਂਗਾ, ਕਿਉਂਕਿ ਦਿੱਲੀ ਵਾਲੇ ਤੇ ਬੇਈਮਾਨ ਹੋ ਗਏ ਨੇ, ਦਿੱਲੀ ਦੇ ਸਿੱਖ ਤੇ ਬੇਈਮਾਨ ਹੋ ਗਏ ਨੇ, ਪੂਰੀ ਮੈਂਬਰ, ਪੂਰੀ ਲੀਡਰਸ਼ਿਪ ਬੇਈਮਾਨ ਹੋ ਗਈ ਹੈ, ਗੁਰਦੁਆਰਾ ਕਮੇਟੀ ਦੇ ਸਾਰੇ ਅਹੁਦੇਦਾਰ ਬੇਈਮਾਨ ਹੋ ਗਏ ਨੇ, ਧੋਖੇ ਹੋ ਬਾਜ ਹੋ ਗਏ ਨੇ। ਗੁਰਦੁਆਰਾ ਕਮੇਟੀ ਦਾ ਇੱਕ ਮੈਂਬਰ ਵੀ ਹਰਿਦੁਆਰ ਹਰ ਦੀ ਪੌੜੀ ਨਹੀਂ ਜਾਏਗਾ, ਕਿਉਂਕਿ ਇਹਨਾਂ ਨੇ ਤੇ ਬੋਰਡ ਵੀ ਉਖਾੜ ਕੇ ਸੁੱਟ ਦਿੱਤੇ ਨੇ।
ਮੇਰੇ ਦੋਸਤੋ, ਗੁਰਸਿੱਖ ਵੀਰੋ, ਭੈਣੋ ਤੇ ਭਰਾਓ, ਤੁਸੀਂ ਪੰਜਾ ਸਾਹਿਬ ਜਾਂਦੇ ਹੋ, ਨਨਕਾਣਾ ਸਾਹਿਬ ਜਾਂਦੇ ਹੋ, ਤੁਸੀਂ ਦੇਸ਼ ਭਰ ਦੇ ਗੁਰੂ ਘਰਾਂ ਦੇ ਵਿੱਚ ਜਾਂਦੇ ਹੋ, ਤੁਸੀਂ ਹਰ ਜਗ੍ਹਾ ਜਾਂਦੇ ਹੋ। ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਇਹ ਬਾਬਾ ਜੀ ਦਾ ਬਹੁਤ ਵੱਡਾ ਸਥਾਨ ਸਾਡੇ ਤੋਂ ਖੋਹ ਲਿਆ, ਸਿੱਖਾਂ ਤੋਂ ਖੋਹ ਲਿਆ, ਸਿੱਖ ਕੌਮ ਤੋਂ ਖੋਹ ਲਿਆ, ਔਰ ਖੋਹ ਕੇ ਦੁਕਾਨਾਂ ਦੇ ਦਫ਼ਤਰ ਬਣਾ ਦਿੱਤੇ ਨੇ। ਯਾਰੋ, ਤੁਸੀਂ ਕਿੱਥੇ ਚਲੇ ਗਏ ਹੋ? ਮੈਂ ਉਮੀਦ ਕਰਦਾ ਕਿ ਤੁਸੀਂ 15 ਤਰੀਕ ਨੂੰ, 15 ਨਵੰਬਰ 2024 ਨੂੰ ਹਰਿਦੁਆਰ ਹਰ ਕੀ ਪੌੜੀ ਜ਼ਰੂਰ ਪਹੁੰਚੋਗੇ, ਜ਼ਰੂਰ ਪਹੁੰਚੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।